ਕਬੱਡੀ ਕਲੱਬ ਫਤਿਹਗੜ੍ਹ ਸਾਹਿਬ ਦੀ ਟੀਮ ਪੁੱਜੇ ਯਾਰ ਨਮੂਲੇ ਫਤਿਹਗੜ੍ਹ ਸਾਹਿਬ ਦੀ ਟੀਮ ਜਿਹੜਾ ਜਲਦ ਪੁੱਜੇ ਮੈਦਾਨ ਦੇ ਅੰਦਰ ਸਾਡੇ ਅਮਰਜੀਤ ਸਿੰਘ ਜੀ ਹੁਣੀ ਪੁੱਜੇ ਹੋਏ ਸਾਡੇ ਮਨੀ ਟਾਂਸਾ ਦੇ ਨਾਲ ਵੱਡਾ ਪਿਆਰ ਹੈ ਯਾਰੀਆਂ ਪਗਾਉਣ ਦੇ ਵਾਸਤੇ ਪੁੱਜੇ ਹੋਏ ਸਾਡੇ ਅਮਰਜੀਤ ਸਿੰਘ ਹੁਣੀ ਸੋ ਸਵਾਗਤ ਹੈ ਇਹਨਾਂ ਦਾ ਰਾਜ ਕੁਮਾਰ ਜੀ ਬਿੱਟੂ ਸਾਡੇ ਖਜ਼ਾਨਾ ਮੰਤਰੀ ਜੀ ਵਨੀਤ ਭਾਜੀ ਨੂੰ ਮਿਲਣ ਇੱਕ ਵਾਰ ਰਾਜ ਕੁਮਾਰ ਜੀ ਬਿੱਟੂ ਸੋ ਸਾਡੇ ਮੰਚ ਤੇ ਜਿੱਥੇ ਸਾਡੇ ਅੱਜ ਦੇ ਮੇਨ ਪ੍ਰਾਹੁਣੇ ਚੌਧਰੀ ਨੰਦ ਲਾਲ ਜੀ ਬਰਾਜਮਾਨ ਨੇ ਉੱਥੇ ਹੋਰ ਵੀ ਮਾਣਮੱਤੀਆਂ ਸ਼ਖਸੀਅਤਾਂ ਸਰਦਾਰ ਤਰਲੋਚਨ ਸਿੰਘ ਜੀ ਰੱਕੜ ਚੇਅਰਮੈਨ ਮਾਰਕੀਟ ਕਮੇਟੀ ਬੱਲਾਚੌਰ ਤੇ ਤਰਨਜੀਤ ਸਿੰਘ ਜੀ ਇੰਸਪੈਕਟਰ ਫੂਡ ਸਪਲਾਈ ਪ੍ਰੇਮ ਸ਼ੰਕਰ ਗੁਪਤਾ ਸਰਪੰਚ ਪ੍ਰੇਮ ਨਗਰ ਲਾਲਾ ਰਮਨ ਕੁਮਾਰ ਜੀ ਸ਼ਮਸ਼ੇਰ ਸਿੰਘ ਰੈਲ ਮਾਜਰਾ ਜੀ ਕਮਲਦੀਪ ਸ਼ਰਮਾ ਜੀ ਸੁਰਜੀਤ ਭਾਟੀਆ ਜੀ ਗੁਰਮਿੰਦਰ ਮੱਲੀ ਜੀ ਬਲਵਿੰਦਰ ਰਾਣਾ ਜੀ ਰੈਲ ਮਾਜਰਾ ਤੋਂ ਜਿੰਨੀਆਂ ਵੀ ਸ਼ਖਸੀਅਤਾਂ ਬੈਠੀਆਂ ਸੁਰਜੀਤ ਕੁਮਾਰ ਕੋਹਲੀ ਜੀ ਰਾਣਾ ਸ਼ੰਕਾਰ ਸਿੰਘ ਜੀ ਨੰਬਰਦਾਰ ਟੌਂਸਾ ਉਹਨਾਂ ਦਾ ਵੀ ਮੈਂ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਜਿੰਨੀਆਂ ਵੀ ਮਾਣ ਮੱਤੀਆਂ ਸ਼ਖਸੀਅਤਾਂ ਦਰਜਾ ਬਦਰਜਾ ਮੰਚ ਦੇ ਉੱਤੇ ਸ਼ਸ਼ੋਭਤ ਨੇ ਸਾਰਿਆਂ ਦਾ ਮੈਂ ਤਹਿ ਦਿਲੋਂ ਸਤਿਕਾਰ ਕਰਦਾ ਐਸੇ ਤਰ੍ਹਾਂ ਸਾਡੇ ਇਸ ਖੇਡ ਮੇਲੇ ਦੀ ਰੌਣਕ ਬਣਾ ਕੇ ਰੱਖਣੀ ਹੈ ਸੋ ਅਗਲਾ ਮੁਕਾਬਲਾ ਤੁਹਾਡੀ ਨਜ਼ਰ ਫਤਿਹਗੜ੍ਹ ਤੇ ਬਹੁਆ ਦੋਨੋਂ ਟੀਮਾਂ ਮੇਰਾ ਖਿਆਲ ਵਾਰਮ ਅਪ ਹੋ ਰਹੀਆਂ ਨੇ ਗਰਾਊਂਡ ਦੇ ਵਿੱਚ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿ ਸਾਡੀ ਫਰਿਆਦ ਇੱਕ ਕਰੀ ਮਨਜ਼ੂਰ ਜੀ ਚਰਨਾਂ ਤੋਂ ਸਾਈਆਂ ਸਾਨੂੰ ਕਰੀਨਾ ਤੋਂ ਦੂਰ ਜੀ ਭੁੱਲਾਂ ਚੁੱਕਾਂ ਸਭ ਕਰ ਦੇ ਮਾਫ ਜੀ ਨਾਮ ਜਪ ਰੂਹ ਸਾਡੀ ਹੋ ਜਾਵੇ ਪਾਕ ਅਤੇ ਸਾਫ ਜੀ ਹਲ ਪਲ ਦਾਤਾ ਦਰਸ਼ ਤੱਕਦੇ ਆ ਰਹੀਏ ਆਉਣਾ ਤੁਸੀਂ ਘਰ ਸਾਡੇ ਆਸਾ ਹੀ ਰੱਖਦੇ ਆ ਰਹੀਏ ਕਿ ਵਚਨਾਂ ਨੂੰ ਸੁਣਦਾ ਤਾਂ ਅਮਨ ਕਮਾਵਾਂ ਮੈਂ ਪਰ ਤੇਰਾ ਸਾਡ ਕਿਸੇ ਹੋਰ ਦਰ ਨਾ ਇਹ ਜਾਵਾਂ ਮੈਂ ਕਿ ਸੇਵਾ ਵਿੱਚ ਲਾਈ ਰੱਖੀ ਸਦਾ ਤਨ ਮਨ ਨੂੰ ਕਿ ਜਸ਼ਨ ਪ੍ਰੀਤ ਲੋੜਦਾ ਹੈ ਲੋੜਵੰਦਾਂ ਦੀ ਸਹਾਇਤਾ ਲਈ ਮੈਂ ਲਾਵਾਂ ਦਸਾਂ ਨੌਹਾਂ ਦੀ ਕੀਤੀ ਹੋਈ ਕਮਾਈ ਦੇ ਧਨ ਨੂੰ ਸਹਿਬੇ ਆਲਮ ਬਾਲੀਏ ਦੇ ਜਹਾਨ ਇੱਕ ਮਿੰਟ ਵੀਰ ਜੀ ਇੱਕ ਮਿੰਟ ਸਾਡੇ SHO ਸਾਹਿਬ ਕਾਠਗੜ੍ਹ ਦਲਜੀਤ ਸਿੰਘ ਜੀ ਇੰਸਪੈਕਟਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਤੇ ਨਿਸ਼ਾਨ ਸਿੰਘ ਜੀ ਸਬ ਇੰਸਪੈਕਟਰ ਚੌਂਕੀ ਇੰਚਾਰਜ ਆਂਸਰੋ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਅੱਜ ਇਸ ਖੇਡ ਮੇਲੇ ਦੇ ਵਿੱਚ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ ਵੀ ਸੋ ਮੰਚ ਦੇ ਉੱਤੇ ਕੁਝ ਹੋਰ ਵੀ ਮਾਣਮੱਤੀਆਂ ਸ਼ਖਸੀਅਤਾਂ ਦਰਜਾ ਬਦਰਜਾ ਬੈਠੀਆਂ ਨੇ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਤੇ ਪਵਨ ਸ਼ਰਮਾ ਜੀ ਰਮੇਸ਼ ਜੀ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦੀਆਂ ਅਸ਼ੋਕ ਕੁਮਾਰ ਬਜਾੜ ਜੀ ਤੇ ਹੋਰ ਵੀ ਬਹੁਤ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਦਰਜਾ ਬਦਰਜਾ ਬੈਠੀਆਂ ਨੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀਆਂ ਹਾਂਜੀ ਵੀਰ ਜੀ ਸਹਿਬੇ ਆਲਮ ਬਾਲੀਓ ਦੇ ਜਹਾਨ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਪੰਜਾਬ ਦੀ ਧਰਤੀ ਕਿ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਵੰਡਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ ਕਿ ਪਾਣੀ ਅੱਜ ਵੀ ਇੱਕੋ ਲਹਿ ਦੇ ਵਿੱਚ ਵਗਦਾ ਏ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਕਿ ਅਬਦਾਲੀ ਸ਼ਾਹ ਮੱਸੇ ਰੰਗੜ ਦੇ ਇੱਥੇ ਦਫ਼ਨ ਹੋਏ ਹਰਿਮੰਦਰ ਸਾਹਿਬ ਤਾਂ ਪਹਿਲਾਂ ਨਾਲ ਵੀ ਜੱਚਦਾ ਏ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੋਂ ਪੈਦਾ ਹੋਈ ਖੇਡ ਕਬੱਡੀ ਅੱਜ ਦੁਨੀਆ ਭਰ ਦਾ ਸਫ਼ਰ ਤੈਅ ਕਰ ਚੁੱਕੀ ਹੈ ਉਸੇ ਖੇਡ ਕਬੱਡੀ ਦੀ ਚਰਚਾ ਉਸੇ ਖੇਡ ਕਬੱਡੀ ਦੀ ਬਾਤ ਆਪਾਂ ਟੌਂਸਾ ਦੀ ਧਰਤੀ ਅੱਜ ਜਿਸ ਖੇਡ ਮੈਦਾਨ ਦੇ ਵਿੱਚ ਪਾਉਣ ਜਾ ਰਹੇ ਹਾਂ ਸਾਡੀ ਬੜੀ ਸਤਿਕਾਰਯੋਗ ਤੇ ਮਾਣਯੋਗ ਸ਼ਖਸੀਅਤ ਜਿਨ੍ਹਾਂ ਨੇ ਜਦੋਂ ਬਾਦਲ ਸਾਹਿਬ ਨੇ ਕਬੱਡੀ ਕਰੋੜੀ ਕਰਨ ਦੀ ਗੱਲ ਕੀਤੀ ਤਾਂ ਉਸ ਮੀਟਿੰਗ ਦੇ ਵਿੱਚ ਬੈਠੇ ਸਭ ਤੋਂ ਪਹਿਲਾਂ ਹਾਂ ਦਾ ਹੰਗਾਰਾ ਮਾਰਿਆ ਵੀ ਵਾਕਈ ਕਬੱਡੀ ਕਰੋੜੀ ਹੋਣੀ ਚਾਹੀਦੀ ਹੈ ਸਾਡੀ ਬੜੀ ਮਾਣਯੋਗ ਤੇ ਸਤਿਕਾਰਯੋਗ ਸ਼ਖਸੀਅਤ ਇਸ ਇਲਾਕੇ ਦੀ ਚੌਧਰੀ ਨੰਦ ਲਾਲ ਜੀ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਜਿਸ ਸਰਕਾਰ ਦੀ ਬਹੁਤ ਵੱਡੀ ਦੇਣ ਹੈ ਖੇਡ ਕਬੱਡੀ ਦੇ ਲਈ ਕਿਉਂਕਿ ਪੰਜ ਵਰਲਡ ਕੱਪ ਹੋਏ ਪੰਜਾਂ ਦੇ ਵਿੱਚ ਕਰੋੜਾਂ ਦੇ ਇਨਾਮ ਦਿੱਤੇ ਗਏ ਪਲੇਅਰਾਂ ਨੂੰ ਟਰੈਕਟਰ ਦਿੱਤੇ ਗਏ ਉੱਥੇ ਅਨੇਕਾਂ ਪਲੇਅਰਾਂ ਨੂੰ ਕਬੱਡੀ ਦੇ ਵਿੱਚ
जे तू प्लेयरां नूं जिथे नौकरियां दित्तियां गईआं मंडी बोर्ड दे अफसर लाए गए ते अज उस सरकार दा कबड्डी कप आपां देखण जा रहेंगे। खेड कबड्डी दा टूरनामेंट जिहड़ा टौंसिआं दी धरती साडा वीर हनी टौंसा जिंदगी दा बड़ा सत्कार जो भरा हैगा जो वाइस प्रधान है जूथ अकाली दल नवां शहर का बहुत वड्डी मानयोग शख्सियत है। इधर बहुआ ते फतेहगढ़ साहब दिया टीमां दे दरम्यान कबड्डी आल ओपन का पहला मैच आपां इस ग्राउंड दे विच तकन जा रहे हां। टीना सरबन कुमार जी मेलू वो भी साढ़े खेड क्लब के मुख स्पॉन्सर ने उन्होंने भी उच्च तौर पर धन्यवाद है। नाल साढ़े वीर बनीत कुमार जी ठेकेदार जी रेशम लाल जी समाणा वह भी साढ़े दरम्यान पहुंचे ने उन्होंने भी मैं हार्दिक स्वागत करदा सद्दा दिंदा मंच के उत्ते। सो जिदा जिदा जड़िया जड़िया शख्सियत आई जानिया ने मैं दरजा बदरजा उन्हों का जिक्र करता रहना इस मंच के उत्तों की। दोनों टीमों के दरम्यान एक बन्ने बहुआ के दूसरे बन्ने यार अनमोले स्पोर्ट्स क्लब फतेहगढ़ साहब की टीम ग्राउंड आल ओपन के पहले मैच के लिए उतर आई ने। दोनों टीमों का अज का मुकाबला शुरू हो जा रहा है। नाल ही मैं धन्यवाद करना साढ़े वीर हनी टौंसा जी सीनियर वाइस प्रधान यूथ अकाली दल नवां शहर ते उन्हां दे नाल ही बनीत कुमार बनीत जी नाल साढ़े सरपंच साहब श्री कृष्ण कुमार जी ते नाल साढ़ा वीर अमन नवें शहर वाला अज दे कबड्डी कप दे लई बहुत वड्डे योगदान दे रहा है ते नाल ही मास्टर बलदेव सिंह जी नाल साढ़े दविंदर सिंह जी सरपंच साहब मरेलकोटले वाले जिन्हां दी बदौलत अवसर संतां दे दर्शन दीदारे पहली बार सानू भरावां नूं इस ग्राउंड दे विच करन दे लई मिल रहे ने ते इस ग्राउंड दे विच दुनिया भर दे सुपरस्टारां दी गिनती अज कहिंदे मालवे दीआं टीमां माझे दीआं दुआबे दे प्लेयर इस ग्राउंड दे विच अपना खेड दा प्रदर्शन करन जा रहे ने। हलो साडे नाल इलेक्ट्रॉनिक मीडिया तो जुड़े ने फास्ट वे सिनेमा राणा करमजीत सिंह जी ते मैडम जोत जी इलेक्ट्रॉनिक मीडिया तो साडे नाल जुड़े ने। सो उन्हां दा भी इत्थे इस खेड मेले दे विच पहुंचण ते असीं हार्दिक स्वागत करदे हां जी आया नूं आखदे हां धन्नवाद करदे हां जिन्हां ने जिन्हें भी इलेक्ट्रॉनिक मीडिया प्रिंट मीडिया तो संपादक मेरे वीर आउंदे ने सारिआं दा स्वागत है सिर मत्थिओं क्योंकि तुसीं इस कबड्डी दे साडे महाकुंभ नूं देशां विदेशों के भी प्रचलित करना है जिथे 365 कबड्डी डॉट कॉम वाले ने अपनी अख लगाई हुई है खेड मैदान के मंच के उत्ते लाइव देश विदेशों के कबड्डी 365 डॉट कॉम सर्च करके इस खेड मेले को लाइव दे सकते हो। कैरी ऑन जी सो बड़ा ही धन्नवादी हाँ असी सारे दर्शक वीर जिन्होंने अपने रुझेव्या समा कढ़ के साडे नाल इत्थे सवेर तो जुड़े ने और असी उम्मीद रखते हैं कि शाम को 8-9 बजे तक तुसीं इसे तरह जुड़े रहोगे। असी भी थोड़ी सेवा दे विच प्रबंध रखे है लंगर की भी सेवा चलती है साडे वालों उत्थे जिम दे विच ते चाह पानी की सेवा भी चलती है बैठन उठन का भी वधिया प्रबंध किया मेरे वीर हनी टौंसा जी ने ते सारी प्रबंधक समुची प्रबंधक कमेटी ने। हुण मैं तुहानू ग्राउंड दे नाल जोड़दा हाँ जी वीर जी लाओ ग्राउंड दे विच बहुआ पिंड दी टीम मंडी वाली साइड आ इधरले बन्ने ते दूसरे बन्ने खेतां वाली साइड जिहड़ी टीम है यार अनमोले स्पोर्ट्स क्लब फतेहगढ़ साहब की टीम है। पहली कबड्डी कुलवीर सिंह इस समय आप देख रहे ग्राउंड के पाता हुआ तो उधर फतेहगढ़ साहब की टीम का नौजवान पहली कोशिश सिखी स्वरूप के करता हुआ पर अंक जरा कुलवीर सिंह अपनी खेड क्लब के हिस्से वादा कर गया अंक बहुए पिंड के लिए जुड़ता हुआ मंडी वाली साइड जी बहुए की टीम है तो दूसरे बन्ने फतेहगढ़ साहब की धरती का मुंडा अगली कबड्डी के मुंडे गुंद में शरीर वाले आ वेख ला कबड्डी खेड दे मुंडे गुंड में शरीर वाले बदन गुंड में मुंडे जान है भरी
इस समय जान भरी वदन कबड्डी पाने वाले मुंडा रिंकू फतेहगढ़ शहर की धरती का पाँदा होया कौड़ी उधर चार जाफी हुण केड़ा बढ़ के कोशिश करे केड़ा मुंडा तंत्र करवावे अज का मेला कौन लुटे ऐसा आपा निहरंगे टौंसियां की धरती है अज का कबड्डी कप आप इस ग्राउंड के जुड़े हुए हैं नौ खेल के मैदान के इस समय रिकी कबड्डी पाने का वादा होया कि पैंदियां कबड्डिया ने चढ़ चढ़ के बेंदा है जवाना सारा खड़ खड़ के बेंदा होया जवाना खेल के मैदान के रिकी की पैंदी हुई कबड्डी इस समय बहुए की धरती का मुंडा कबड्डी पा रहा शानदार मैच खेल के मैदान के इस समय जाफी पूरी कोशिश कर रहा अंक जरा रेडर के हिस्से कि रेडर के लिए भाग जरूरी जाफी के हथ पके जाफी उही मनिया जाता उड़ते ताबी तई डके जाफी उही मनिया जाता उड़ते ताबी तई बके आ जाओ महाराज पम्मा जी पम्मा भाटिया जी उगे बुला रहे ने साडे वह भी साडे कोल पहुंचे ने कुछ पलों बाद थोड़े नाल जोड़ा उन्होंने असी खेड मैदान के अंदर सो उन्हों का भी स्वागत करते हैं असी पम्मा भाटिया जी है मेरे नगर पिंड आदवाणा तो नहीं बड़े शुक्रगुजार हैं उन्होंने सेवावां भी असी थोड़े समय बाद लवेंगे हाँ जी कह रहे हैं जी नौ खेड के मैदान कबड्डी पाने के लिए मुंडा अगे वाधा होया पैंदी हुई कबड्डी उधर मंच से विराजमान साड़ी बड़ी सत्कार योग तो मान योग शख्सियत जिन्हां दी सरप्रस्ती जिन्हां दी देखरेख अज के टूरनामेंट के लिए बनी हुई है चौधरी नंद लाल जी मुख संसदीय सकत्र पंजाब सरकार के खेडो मुंडो खेड कबड्डी छड़ के खड़ना मोड़ा ते बादल साहब लै गए कबड्डी विच करोड़ां दे के बादल साहब लै गए कबड्डी विच करोड़ां दे अज करोड़ां दे विच खेडी जांदी है कबड्डी ते इस बार जब छेवां वर्ल्ड कप शुरू होवे ते जेतू प्लेयरां नूं कहिंदे इस बार डीएसपी तक दीआं नौकरियां दित्तियां जाणगियां जिहड़े प्लेयर वधिया प्रदर्शन करनगे पंजाब सरकार वल्लों पहले ही ऐलान हो गया भी वर्ल्ड कप की जेतू टीम के प्लेयरां नूं आपां डीएसपी तक दीआं उहनां दी सिक्ख्या के आधार तक पोस्टां देवांगे ये वड्डे मान दित्ते जाणगे खेड कबड्डी दे लई ते इधर मुंडा अगली कबड्डी पाउण दे लई इस समय वध्या होया ढाबी खेड के मैदान के कुलवीर सिंह बहुए की धरती का पर उधर चार जाफी एन कहते गुंडमे शरीर वाले ना टच मारिया सिखी स्वरूप के इस समय जिवें बलविंदर सिंह फेडे ने बहुत तकड़ी कबड्डी कहते जूड़े के खेडी सिखी स्वरूप के खेडी आ मुंडा भी सिखी स्वरूप के प्रदर्शन करता होया ना पैंदी हुई कबड्डी का नजारा कि वखरा नजारा जहा आन लग्या जोर नाल जोर टकराउन लग्या राजे खेले गिठ गिठ बह जे धरती गभरू कबड्डी उत्ते कबड्डी जो पाउन लग्या कबड्डी 365.com पंजाब दी नहीं पूरे हिंदुस्तान दी मन्नी परमन्नी पहली वैबसाइट है जिन्हें कहिंदे खेड कबड्डी नूं दुनिया भर दे विच स्पॉन्सर कीता है साडे वीर प्रदीप टहणे होणी नाल कहिंदे हैप्पी सिल्वर होणी सारे वीर सुखे होणी सेब कुणे उन्हां दी टीम पुजी हुई है अज दे टौंसियां दे कबड्डी कप नूं आजाद स्पोर्ट्स एंड वेलफेयर क्लब टौंसियां दी धरती है साडा वीर हनी प्रधान इस क्लब दा ओह निर्धड़क जरनैल है जिन्हें बड़ी मेहनत की इस कबड्डी कप के लिए पर उधर कहते हूं देखते हैं एन हाथ जोड़िया हो गई जे जफा लगे तो धनतन हो गए हूँ कहते मेला लुटन वाली गल होनी है अज टौंसियां की धरती से लग्या होया मेला बलाचौर का एरिया खेड के मैदान के अंक जरा रेडर के हिस्से है चल भी मुंडिया पा फिर कबड्डी रिंकू अगली कबड्डी पाने के लिए इस खेड के मैदान के वाधा होया धावी ना वध्या होया कि वध्या कर तू वध्या कर पैर अगे नूं धरिया कर चढ़ाई किसी की देख के ना अंदरों अंदरी सड़िया कर कि ढाई दिन की जिमगानी बहुता मान ना करिया कर ढाई दिन की जिमगानी बहुता मान ना करे कर एक बन्ने हल्के शरीर वाला पर दूसरे बन्ने रिंकू फतेहगढ़ साहब इस समय अंक का वादा करता होया अपनी खेड क्लब के लिए फतेहगढ़ साहब की टीम के लिए एक अंक का होर जरा वादा होंदा होया उधर ग्राउंड के अगली कबड्डी बहुए की धरती का नौजवान पर उधर अंपायर साहब का फैसला भी डबल टच हो गए नौजवान पहला टच जरा दूसरे प्लेयर ने लैता हूँ अंक जरा इस नौजवान के हिस्से है बहुए की टीम के लिए एक अंक का होर जरा वादा होंदा होया चल भी चोपड़ा पा फिर कबड्डी उस रब न तू त्या के नंबर लैके मुड़ी फिर सजना ना खेड मैदान के दर्शकों दी मुड़ी तो ताड़िया मित्रा बजा के एक बने दर्शक ताड़ी मार दे इस समय ग्राउंड के अंक जरा अपनी टीम के लिए फतेहगढ़ साहब इस समय यार अनमोले स्पोर्ट्स क्लब फतेहगढ़ साहब की टीम है
ਇਧਰਲੇ ਬੰਨੇ ਪ੍ਰਦਰਸ਼ਨ ਕਰਦੀ ਹੋਈ ਪਰ ਬਹੂਏ ਦੀ ਟੀਮ ਦਾ ਨੌਜਵਾਨ ਐਨਕੇ ਨੇ ਘੁੰਗਰਾਲੇ ਦੇ ਬਾਲਾਂ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਪੈਂਦੀ ਹੋਈ ਕਬੱਡੀ ਗਰਾਊਂਡ ਦੇ ਵਿੱਚ ਕਬੱਡੀ ਦਾ ਇਲਾਪ ਅੰਕ ਰੇਡਰ ਦੇ ਹਿੱਸੇ ਇੱਕ ਅੰਕ ਦਾ ਹੋਰ ਜਿਹੜਾ ਵਾਧਾ ਹੁੰਦਾ ਹੋਇਆ। ਚੱਲ ਵੀ ਖੁਸ਼ਦੀਪ ਸਿਆਂ ਪਾ ਫਿਰ ਕਬੱਡੀ ਇੱਕ ਇਸ ਵਾਰ ਕਹਿੰਦੇ ਕੈਨੇਡਾ ਦੇ ਵਿੱਚ ਬਹੁਤ ਤਕੜਾ ਖੇਡਿਆ, ਅੰਟਾਰੀਓ ਸਟੇਟ ਦੇ ਵਿੱਚ ਟਰਾਂਟੋ ਦੇ ਵਰਲਡ ਕੱਪ ਦਾ ਬੈਸਟ ਰਿਹਾ, ਫਿਰ ਵੈਨਕੂਵਰ ਕਬੱਡੀ ਕਲੱਬ ਵੈਨਕੂਵਰ ਦੀ ਖੇਡ ਕਲੱਬ ਨੂੰ ਦੁੱਗਾ ਪਿੰਡ ਦੇ ਖੁਸ਼ੀ ਨੂੰ ਇਸ ਵਾਰ ਕੈਨੇਡਾ ਦੇ ਵਰਲਡ ਕੱਪ ਦਾ ਬੈਸਟ ਹੋਣ ਦਾ ਮਾਣ ਪ੍ਰਾਪਤ। ਪਰ ਇੱਧਰ ਕਹਿੰਦੇ ਆਪਾਂ ਦੇਖ ਰਹੇਗੇ ਖੁਸ਼ਦੀਪ ਸਿੰਘ ਦੀ ਪੈਂਦੀ ਹੋਈ ਕਬੱਡੀ ਤੇ ਨੌਜਵਾਨ ਜਾਫੀ ਪੂਰੀ ਕੋਸ਼ਿਸ਼ ਕਰਦਾ ਪਰ ਅੰਕ ਖੁਸ਼ਦੀਪ ਸਿੰਘ ਆਪਣੀ ਟੀਮ ਦੇ ਹਿੱਸੇ ਵਾਧਾ ਕਰਦਾ ਹੋਇਆ ਕੈਰੀ ਆਨ ਜੀ। ਅਗਲੀਆਂ ਟੀਮਾਂ ਹੈਗੀਆਂ ਜੀ ਆਲ ਓਪਨ ਦੀਆਂ ਟੀਮਾਂ ਖੁਰਦਾ ਤੇ ਫਤਿਹਪੁਰ, ਖੁਰਦਾ ਵਰਸਿਸ ਫਤਿਹਪੁਰ ਦੋਨਾਂ ਟੀਮਾਂ ਨੂੰ ਮੈਂ ਸੱਦਾ ਦਿੰਦਾ। ਇਹ ਮੁਕਾਬਲਾ ਚੱਲਦੇ ਚੱਲਦੇ ਦੋਨੋਂ ਟੀਮਾਂ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਪ੍ਰਵੇਸ਼ ਕਰ ਜਾਣਗੀਆਂ ਬਿਨਾਂ ਦੇਰੀ ਕੀਤੇ। ਬੜੀ ਮਿਹਰਬਾਨੀ ਜੀ। ਖੁਰਦਾ ਤੇ ਫਤਿਹਪੁਰ ਦਾ ਇਸ ਤੋਂ ਬਾਅਦ ਮੈਚ ਹੋਣਾ, ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਅਗਲੇ ਮੈਚ ਦੇ ਲਈ। ਆਲ ਓਪਨ ਦੀਆਂ ਟੀਮਾਂ ਟਾਂਸਿਆਂ ਦੀ ਧਰਤੀ, ਅੱਜ ਕਬੱਡੀ ਦਾ ਮਹਾਕੁੰਭ ਜਿਹੜਾ ਸਾਡੀ ਬੜੀ ਸਤਿਕਾਰਯੋਗ ਤੇ ਮਾਣਯੋਗ ਸ਼ਖਸੀਅਤ ਜਿਨ੍ਹਾਂ ਦੀ ਸਰਪ੍ਰਸਤੀ ਉਧਰ ਖੇਡਾਂ ਦੀ ਦੁਨੀਆਂ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਨੇ ਚੌਧਰੀ ਨੰਦ ਲਾਲ ਜੀ ਜਿਨ੍ਹਾਂ ਦੀ ਸਰਪ੍ਰਸਤੀ ਬਣੀ ਹੋਈ ਹੈ ਤੇ ਅੱਜ ਦੇ ਕਬੱਡੀ ਕੱਪ ਦਾ ਆਪਣੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਆਨੰਦ ਮਾਣ ਰਹੇ ਨਾਲ ਸਾਡਾ ਵੀਰ ਹਨੀ ਪ੍ਰਧਾਨ ਟਾਂਸਿਆਂ ਵਾਲਾ ਇਸ ਸਪੋਰਟਸ ਕਲੱਬ ਦਾ ਜਿੱਥੇ ਪ੍ਰਧਾਨ ਹੈ ਉੱਥੇ ਕਹਿੰਦੇ ਬਹੁਤ ਵੱਡਾ ਪਿਆਰ ਹੈ, ਖੇਡ ਕਬੱਡੀ ਨੂੰ ਆਪਣੇ ਰੋਮ ਰੋਮ ਦੇ ਵਿੱਚ ਵਸਾਉਣ ਵਾਲਾ ਸਾਡਾ ਵੀਰ ਹੈ, ਨਾਲ ਬਾਈ ਮਨੀ ਟਾਂਸੋਣੀ ਤੇ ਨਾਲ ਸਾਡੇ ਸਰਪੰਚ ਸਾਹਿਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਟਾਂਸਾ ਸਰਪੰਚ ਸਾਹਿਬ ਉਹਨਾਂ ਦਾ ਉੱਚੇ ਉੱਚੇ ਤੌਰ ਤੇ ਧੰਨਵਾਦ ਹੈ, ਨਾਲ ਵਨੀਤ ਕੁਮਾਰ ਜੀ, ਨਾਲ ਅਮਨ ਸਾਡਾ ਵੀਰ ਨਵੇਂ ਸ਼ਹਿਰ ਵਾਲਾ ਉਹਨਾਂ ਦਾ ਵੀ ਧੰਨਵਾਦ ਹੈ, ਮਾਸਟਰ ਬਲਦੇਵ ਸਿੰਘ ਜੀ, ਨਾਲ ਦਵਿੰਦਰ ਸਿੰਘ ਜੀ ਸਰਪੰਚ ਸਾਹਿਬ ਮਰੇਲਕੋਟਲਾ ਜਿਨ੍ਹਾਂ ਦੀ ਯਾਰੀ ਹੈ ਸਾਡੇ ਵੀਰ ਹਨੀ ਪ੍ਰਧਾਨ ਦੇ ਨਾਲ, ਉਹ ਵੀ ਆਪਣੀ ਟੀਮ ਲੈ ਕੇ ਕੁਝ ਪਲਾਂ ਦੇ ਵਿੱਚ ਇੱਥੇ ਪਹੁੰਚਣ ਵਾਲੇ ਨੇ, ਬਹੁਤ ਬਹੁਤ ਧੰਨਵਾਦ ਹੋਵੇਗਾ। ਮੈਂ ਇੱਧਰ ਕਹਿੰਦੇ ਹਨੀਵੀਰ ਤੱਕ ਮੁੰਡਾ ਇੱਕ ਬੰਨੇ ਕੋਸ਼ਿਸ਼ ਕਰ ਰਿਹਾ, ਇਸ ਸਮੇਂ ਜਾਫੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਅੰਕ ਜਿਹੜਾ ਰੇਡਰ ਦੇ ਹਿੱਸੇ। ਜੰਟੀ ਵੀ ਕਹਿੰਦੇ ਵੀ ਇੱਕ ਜੱਫੇ ਦੇ ਉੱਤੇ ਉਧਰ ਵੀਰ ਪੁੱਜੇ ਹੋਏ ਨੇ ਫਤਿਹਗੜ੍ਹ ਸਾਹਿਬ ਸਪੋਰਟਸ ਕਲੱਬ ਦੇ ਯਾਰ ਅਨਮੁੱਲੇ ਸਪੋਰਟਸ ਕਲੱਬ ਵਾਲੇ ਵੀਰ, ਉਹਨਾਂ ਵੱਲੋਂ ਜੰਟੇ ਦੇ ਕਬੱਡੀ ਦੇ ਉੱਤੇ 500 ਰੁਪਏ ਦੇ ਵੱਡੇ ਮਾਇਆ ਦੇ ਗੱਫੇ ਦਿੱਤੇ ਜਾਣਗੇ, ਮਾਇਆ ਦੇ ਵੱਡੇ ਗੱਫੇ ਦਿੱਤੇ ਜਾਣਗੇ ਤੇ ਜੰਟਾ ਜਫਾ ਲਾਉਂਦਾ ਇੱਧਰ ਗਰਾਊਂਡ ਦੇ ਵਿੱਚ ਹੁਣ ਦੇਖਾਂਗੇ। ਤੇ ਅੱਜ ਦੇ ਕਬੱਡੀ ਕੱਪ ਤੇ ਕਹਿੰਦੇ ਜਸ ਬਾਜਵਾ ਪੁੱਜਣ ਜਾ ਰਿਹਾ, ਪੰਜਾਬੀ ਲੋਕ ਗਾਇਕੀ ਦਾ ਬਾਦਸ਼ਾਹ ਦੇ ਤੌਰ ਤੇ ਉੱਭਰ ਰਿਹਾ ਕਲਾਕਾਰ ਹੈ ਜਸ ਬਾਜਵਾ, ਉਹ ਵੀ ਅੱਜ ਦਾ ਕਬੱਡੀ ਕੱਪ ਤੇ ਜਿੱਥੇ ਖੁੱਲਾ ਖਾੜਾ ਕਬੱਡੀ ਕੱਪ ਤੋਂ ਬਾਅਦ ਉਹਦੀ ਵੀ ਗੱਲ ਹੋਣੀ ਹੈ ਕਿ ਹੁਣ ਤੇਰਾ ਟਾਈਮ ਹੈ ਕੁੜੀਏ, ਹੁਣ ਤੇਰਾ ਟਾਈਮ ਹੈ ਕੁੜੀਏ। ਅੱਜ ਦੇ ਕਬੱਡੀ ਕੱਪ ਤੇ ਜਸ ਬਾਜਵੇ ਦੀ ਗੱਲ ਹੋਣੀ ਸਾਡੇ ਵੀਰ ਹਨੀ ਟਾਂਸੋਣੀਆਂ ਦੀ ਬਦੌਲਤ। ਮੈਂ ਇੱਧਰ ਕਹਿੰਦੇ ਰਿੰਕੂ ਫਿਰ ਫਤਿਹਗੜ੍ਹ ਸਾਹਿਬ ਦੀ ਟੀਮ ਦਾ ਨਜ਼ਰ ਯਾਰ ਅਨਮੁੱਲੇ ਫਤਿਹਗੜ੍ਹ ਸਾਹਿਬ ਸਪੋਰਟਸ ਕਲੱਬ ਦੀ ਟੀਮ, ਇੱਕ ਬੰਨੇ ਪ੍ਰਦਰਸ਼ਨ ਤੇ ਦੂਸਰੇ ਬੰਨੇ ਬਹੂਏ ਦੀ ਟੀਮ ਦਾ ਨੌਜਵਾਨ ਪੂਰੀ ਕੋਸ਼ਿਸ਼ ਕਰਦਾ। ਮਾਰੋ ਕਰੋ ਤਾੜੀ, ਮਾਰੋ ਕਰੋ ਤਾੜੀ ਜਾਫੀ ਦੇ ਨਾਤੇ ਅੰਕ ਮੁੰਡੇ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ, ਧੰਨ ਧੰਨ ਕਰਵਾਈ ਤਾੜੀਆਂ ਦਰਸ਼ਕਾਂ ਨੇ ਬਿਨਾਂ ਕਹੇ ਮਾਰੀਆਂ ਕਿ ਤਾੜੀਆਂ ਜਦ ਵੀ ਵੱਜਦੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੱਗਿਆ ਦਾ ਤੇ ਦੁਨੀਆਂ ਪੂਜੇ ਯੋਧਿਆਂ ਨੇ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ। ਹੈਲੋ ਮੇਰਾ ਵੀਰ ਜੋਧਾ ਤਮਈ, ਉਹ ਵੀ ਸਾਡੇ ਇਸ ਖੇਡ ਮੇਲੇ ਨਾਲ ਜੁੜੇ ਨੇ, ਉਹਨਾਂ ਦਾ ਵੀ ਇੱਥੇ ਬੰਕਰ ਤੇ ਮੈਂ ਹਾਰਦਿਕ ਸਵਾਗਤ ਕਰਦਾ। ਜੋਧਾ ਤਮਈ ਤੇ ਉਹਨਾਂ ਦੇ ਨਾਲ ਪਤਵੰਤ ਤੇ ਸੱਜਣ ਜਿਹੜੇ ਹੋਰ ਵੀ ਨੇ ਉਹਨਾਂ ਦਾ ਵੀ ਮੈਂ ਹਾਰਦਿਕ ਸਵਾਗਤ ਕਰਦਾ ਇਸ ਖੇਡ ਮੇਲੇ ਦੇ ਵਿੱਚ। ਕੈਰੀ ਆਨ ਖੁਰਦ ਤੇ ਇਸ ਤੋਂ ਬਾਅਦ ਫਤਿਹਗੜ੍ਹ ਫਤਿਹਪੁਰ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ। ਦੋਨੋਂ ਟੀਮਾਂ ਨੂੰ ਬੇਨਤੀ ਹੈ ਟੀਮਾਂ ਅਗਲੇ ਮੈਚ ਦੇ ਲਈ ਕਿਰਪਾ ਕਰਕੇ ਧਿਆਨ ਦੇ ਦਿਓ, ਇਸ ਖੇਡ ਮੈਦਾਨ ਦੇ ਨਾਲ ਜੁੜਨ ਸਾਰੀਆਂ ਟੀਮਾਂ ਨੂੰ ਬੇਨਤੀ ਹੈ। ਮੈਂ ਖੁਸ਼ਦੀਪ ਸਿੰਘ ਇੱਕ ਅੰਕੜਾ ਹੋਰ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਕਿ ਜਿੱਥੇ ਪੰਜਾਂ ਪਾਣੀਆਂ ਨੇ ਜਾਲ ਬੰਨਿਆ ਉਸ ਧਰਤੀ ਦੀ ਕੁੱਖ ਵਿੱਚੋਂ ਮੈਂ ਜੰਮਿਆ, ਜਿੱਥੇ ਉਗਦੀ ਏ ਸੋਨਾ ਦੀ ਜ਼ਮੀਨ ਜੱਟੀਏ, ਨੀ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀਏ, ਨੀ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀਏ। ਸ਼ਕੀਨ ਦੇ ਹੋਤਾਂ ਦੀ ਚਰਚਾ ਅੱਜ ਦੇ ਖੇਡ ਮੈਦਾਨ ਦੇ ਵਿੱਚ ਟਾਂਸਿਆਂ ਦੀ ਧਰਤੀ, ਉਧਰ ਕਹਿੰਦੇ ਜਾਫੀ ਪੂਰੀ ਕੋਸ਼ਿਸ਼ ਕਰਦਾ ਇੱਕ ਬੰਨੇ ਖੇਡ ਦੇ ਮੈਦਾਨ ਦੇ ਵਿੱਚ ਇਸ ਸਮੇਂ ਪੈਂਦੀ ਹੋਈ ਕਬੱਡੀ ਗਰਾਊਂਡ ਦੇ ਵਿੱਚ ਹੋਊ ਧਨ ਧਨ ਤੇ ਜਫਾ ਲੱਗੂ, ਦਰਸ਼ਕ ਤਾੜੀਆਂ ਮਾਰਨਗੇ ਪਰ ਅੰਕ ਰੇਡਰ ਦੇ ਹਿੱਸੇ ਇੱਕ ਅੰਕ ਦਾ ਵਾਧਾ ਹੁੰਦਾ ਹੋਇਆ। ਇਸ ਸਮੇਂ ਬਹੂਏ ਪਿੰਡ ਦੇ ਲਈ ਲੱਖਾਂ ਦੀ ਖੇਡ ਕਬੱਡੀ ਹੈ,
अज करोड़ों के बीच खेडी जाती कद कहने कौलिया बाटिया मुल सी इस खेड कबड्डी का अज कहने बादल सरकार की बहुत बड़ी देन है उधर बादल सरकार की बस सत्कारयोग शख्सियत चौधरी नंद लाल जी मुख संसदी सकत्र जो सरकार की बहुत बड़ी देन है खेड कबड्डी के लिए जिथे खेड कबड्डी उच्चा चुकया हर एक खेड को बड़ा प्यार किया सरदार प्रकाश सिंह जी बादल साहब की बहुत बड़ी देन है पर इधर कहने कुलवीर सिंह अगली कबड्डी पाने फिर बहुए की टीम का नौजवान वाधा होया तावी मैं कुलवीरे की पई हुई कौड़ी खेड़ के मैदान उधर साडा वीर हनी प्रधान होनी तकते हुए खेड कबड्डी का आनंद नाल भाई अमन साडा वीर नवे शहर वाला नाल भाई मनी टांसे होनी सारे वीर का विशेष तौर पर बड़ा धन्यवाद है खुशदीप सिंह कौड़ी पाँदा होया ग्राउंड वध्या होया तावी के वध्या कर तू वध्या कर पैर अगे धरिया कर अंक जाफी दे के इस समय एक अंक का वादा करता हुआ मुंडा बहुए की टीम का यह नौजवान अपनी खेड क्लब दे अगलिया दो टीम डीएवी कॉलेज जलंधर स्वर्गीय प्रेम प्रधान क्लब खुरदा अगले मुकाबले जोड़े होने जी आल ओपन के दोनों टीम नोट कर लो जी कमेंटेटर साहब अपने को डीएवी कॉलेज जलंधर स्वर्गीय प्रेम सिंह क्लब खुरदा इस मुकाबले को तुरंत बाद भी मुकाबला आप आरंभा गए सो दर्शक वीर का एक बार फिर मैं धन्यवाद करदा जिहड़े हजारों की तादाद के साडे नाल जुड़े ने बड़ी मेहरबानी थोड़े पावन पवित्र कदम इस धरती के उत्ते पए है अपने रजेवियां दे विचों समा कढ़ के तुसी साडे नाल जुड़े हो तुसी रब हो मेरे रब तुहाडे तों बिना नहीं सरदा साडा थोड़ी हजारों की तादाद दे विच जदों गिणती बन जाती है तो मेले शानो शौकत दे नाल निबड़दे है थोड़ी हाजरी तो बिना कोई भी मेला मकबूल नहीं हो सकता सो थोड़ी हाजरी साडे सिर मत्थे है जी कैरी ऑन वीर जी हेलो अगलिया दोनों टीमों मैं बेनती कर रहा भी ग्राउंड के आईए आल ओपन दे इस तो बाद स्वर्गीय प्रेम सिंह स्पोर्ट्स क्लब खुरद से डीएवी जलंधर दी टीमों के दरम्यान इस तो बाद कबड्डी आल ओपन का मैच होना है हाफ समय इस मैच का हो चुका है हाफ समय के स्कोर भाजी आप जरूर सांझे करांगे दर्शकों के नाल बहुए की टीम के हुण तक स्कोर ने 16 बहुए की टीम के साढ़े 15 स्कोर ने 16 साढ़े 16 स्कोर ने जी फतेहगढ़ साहब की टीम के 12 नंबर ने हुण तक हर समय का जिहड़ा स्कोर है 12 नंबर फतेहगढ़ साहब यार अनमोले स्पोर्ट्स क्लब बहुए की टीम के साढ़े 16 नंबर हर समय तो बाद साइडा जड़िया दोनों टीमों दी चेंज हो चुकी हैं अज के कबड्डी कप के दूसरे मैच के लिए मैं बेनती करना स्वर्गीय प्रेम सिंह स्पोर्ट्स क्लब खुरद बरसी का मैच जरा खेडा जाना है डीएवी जलंधर टीमों के दरम्यान ये टीम ग्राउंड के अगले मैच के लिए आनगियां बेनती है दोनों टीमों इधर ग्राउंड के हर समय तो बाद मंडी वाली साइड जी टीम चली गई है यार अनमोले स्पोर्ट्स क्लब फतेहगढ़ साहब तो दूसरे बंदे टीम है बहुआ पिंड की वह पहली कबड्डी हाफ समय तो बाद खुशदीप सिंह पाउण दे वादा होया खुशदीप सिंह सिखी स्वरूप दे विच पाउंदा होया कबड्डी उधर जानदार जाफी पूरी कोशिश करता पर अंक जिहड़ा खुशदीप सिंह अपनी खेड क्लब के हिस्से वादा करता होया चल भी जोबरा पा फिर कबड्डी वाद करा अगे ग्राउंड के अगली कबड्डी पाउण दे लई इस समय नौजवान रिंकू अगे वादा होया रिक्की दी पैंदी हुई कबड्डी इस समय ग्राउंड के सोनी जी खेड का नजारा जरा किया जा रहा उधर आप देखांगे इस समय अंक जरा डबल टच का फायदा अंक बहुए की टीम के हिस्से जुड़ता होया हर समय तो बाद ब्रेक तो बाद बस सोनी अंक का वादा कर रहा है चल भी मुंडिया पा फिर कबड्डी ना इधर रिंकू कबड्डी पा रहा उधर रिक्की कबड्डी पा रहा ग्राउंड इस समय रिंकू की पैंदी हुई कबड्डी है अपनी खेड क्लब यार अनमोले स्पोर्ट्स क्लब फतेहगढ़ साहब की टीम का नौजवान कबड्डी पाता हुआ हेलो 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 इधर पैंदी हुई कबड्डी का नजारा ग्राउंड अगली कबड्डी पाने के लिए अगर वादा हुआ तावी इस समय कुलवीर सिंह
ਲਾ ਬਦਨ ਗੁੰਦਵੇ ਬੜਾ ਮੁੰਡਾ ਕਬੱਡੀ ਪਾਉਂਦਾ ਗਰਾਊਂਡ ਦੇ ਵਿੱਚ ਵਧਿਆ ਹੋਇਆ ਨੌਜਵਾਨ ਹਲਕਾ ਚੁੱਕਿਆ ਚੁੱਕਿਆ ਇਸ ਕਰਕੇ ਨੀ ਈਨ ਮੰਨ ਗਿਆ ਹਾਰ ਮੰਨ ਗਿਆ ਚੁੱਕਿਆ ਇਸ ਕਾਰਨ ਹੈ ਕੋਈ ਲੱਤੀ ਨਾ ਲੱਗੇ ਪਰ ਉਧਰ ਮੁੰਡਾ ਪੁੱਠੀ ਪਾਉਂਦਾ ਇੱਕ ਬੰਦੇ ਖੇਡ ਦੇ ਮੈਦਾਨ ਦੇ ਵਿੱਚ ਧਨ ਧਨ ਕੇ ਮਾਰਿਆ ਅੰਕ ਦਾ ਵਾਅਦਾ ਕਰਨ ਲਈ ਜੂਝਦਾ ਅੰਕ ਜਿਹੜਾ ਨੌਜਵਾਨ ਇਸ ਸਮੇਂ ਕੁਲਵੀਰ ਸਿੰਘ ਬਹੂਏ ਦੀ ਟੀਮ ਦਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਵਾਅਦਾ ਕਰਦਾ ਹੋਇਆ ਚੱਲ ਵੀ ਚੁਬਰਾ ਪਾ ਫਿਰ ਕਬੱਡੀ ਵੱਧ ਕਿਰਾ ਅੱਗੇ ਨੂੰ ਉਧਰ ਕਹਿੰਦੇ ਵੀ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਦਾ ਨਜ਼ਾਰਾ ਇਸ ਸਮੇਂ ਪੈਂਦਾ ਹੋਇਆ ਕਿ ਆਪਣੇ ਦੰਦ ਚੀਨ ਦੀ ਕੰਧ ਜਿਹੀ ਮਜ਼ਬੂਤੀ ਨਾ ਜਦ ਪੈ ਜੇ ਪੁੱਠੀ ਇਹ ਤੂੰ ਫਿਰ ਕੋਈ ਗੱਲ ਕਸੂਤੀ ਨਾ ਜਦ ਪੈ ਜੇ ਪੁੱਠੀ ਇਹ ਤੂੰ ਫਿਰ ਕੋਈ ਗੱਲ ਕਸੂਤੀ ਨਾ ਅੱਜ ਦਾ ਕਬੱਡੀ ਕੱਪ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਟਾਂਸਿਆਂ ਦੀ ਧਰਤੀ ਇੱਧਰ ਕਹਿੰਦੇ ਹਲਕੇ ਜੇ ਵਜਨ ਵਾਲੇ ਨੇ ਜਫਾ ਲਾਇਆ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਧੰਨ ਧੰਨ ਕਰਵਾਰੇ ਇੱਕ ਵਾਰੀ ਤਾੜੀ ਮਾਰੋ ਕਰਾਂ ਜਾਫੀ ਦੇ ਨਾਂ ਤੇ ਸੋਹਣਾ ਜਫਾ ਲਾ ਗਿਆ ਖੇਡ ਦੇ ਮੈਦਾਨ ਦੇ ਵਿੱਚ ਬਾਬਾ ਖੜਦਾ ਹੋਇਆ ਨਾ ਮੇਲਾ ਲੁੱਟਣ ਵਾਲੀ ਗੱਲ ਅੱਜ ਦੇ ਖੇਡ ਮੈਦਾਨ ਦੇ ਵਿੱਚ ਫਿਰ ਕਬੱਡੀ ਇਸ ਸਮੇਂ ਨੌਜਵਾਨ ਆਪਾਂ ਦਿਖ ਰਹੇ ਪਾਉਂਦਾ ਹੋਇਆ ਕਬੱਡੀ ਇਸ ਸਮੇਂ ਗਰਾਊਂਡ ਦੇ ਵਿੱਚ ਹੁਣ ਕਿਹੜਾ ਚਾਰ ਜਾਫੀ ਤੇ ਗਾਡਰਾਂ ਵਰਗੇ ਧਾਫੀ ਜਿਸਨੇ ਡੱਕੇ ਹੁੰਦੇ ਨੇ ਜਿੰਦਿਆਂ ਵਰਗੇ ਜਫੇ ਜਿਸਨੇ ਪੱਟੇ ਹੁੰਦੇ ਨੇ ਮਾਨ ਬਖਸ਼ ਦੇ ਲੋਕੀ ਮੋਟਰਸਾਈਕਲ ਤੇ ਕਾਰਾਂ ਦਾ ਮੁਸ਼ਕਿਲ ਦੇ ਨਾਲ ਮਿਲਦਾ ਰਾਜਨ ਹੇੜੀ ਵਾਲਿਆ ਰੁਤਬਾ ਸੁਪਰ ਸਟਾਰਾਂ ਦਾ ਇਸ ਤੋਂ ਬਾਅਦ ਮੈਚ ਜਿਹੜਾ ਖੇਡਿਆ ਜਾਣਾ ਡੀ ਏ ਬੀ ਕਾਲਜ ਜਲੰਧਰ ਵਰਸੀ ਜੇ ਸਵਰਗੇ ਪ੍ਰੇਮ ਪ੍ਰਧਾਨ ਖੁਰਦਾ ਉਸ ਤੋਂ ਬਾਅਦ ਮਾਦੀ ਅਬਦੁੱਲਾ ਮਡਾਲੀ ਤੇ ਮੀਰੀ ਪੀਰੀ ਇਹ ਟੀਮਾਂ ਗਰਾਊਂਡ ਦੇ ਵਿੱਚ ਆਉਣਗੀਆਂ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਹਾਂਜੀ ਡੀ ਏ ਵੀ ਕਾਲਜ ਜਲੰਧਰ ਵਰਸਿਸ ਪ੍ਰੇਮ ਪ੍ਰਧਾਨ ਕਲੱਬ ਖੁਰਦਾ ਇਹਨਾਂ ਟੀਮਾਂ ਨੂੰ ਵੀ ਮੈਂ ਨਿੱਘਾ ਸੱਦਾ ਦਿੰਦਾ ਗਰਾਊਂਡ ਦੇ ਵਿੱਚ ਜਲਦੀ ਤੋਂ ਜਲਦੀ ਤਿਆਰ ਹੋ ਕੇ ਪ੍ਰਵੇਸ਼ ਕਰ ਦਿਓ ਜੀ ਸਮੇਂ ਦੀ ਪਹਿਲਾਂ ਹੀ ਸਾਡੇ ਕੋਲ ਬੜੀ ਘਾਟ ਹੈ ਬੜੇ ਦੂਰੋਂ ਦੂਰੋਂ ਸਾਡੇ ਕੋਲ ਖਿਡਾਰੀ ਅਤੇ ਟੀਮਾਂ ਪਹੁੰਚੀਆਂ ਨੇ ਕਿਸੇ ਵੀ ਖਿਡਾਰੀ ਨੂੰ ਅਸੀਂ ਕਿਸੇ ਵੀ ਟੀਮ ਨੂੰ ਇੱਥੋਂ ਨਾਰਾਜ਼ ਕਰਕੇ ਨਹੀਂ ਭੇਜਣਾ ਬੜੀ ਲਚਕੀਲੀ ਹੈ ਸਾਡੀ ਕਮੇਟੀ ਤੇ ਐਡੇ ਵੱਡੇ ਪ੍ਰਬੰਧ ਖਿਡਾਰੀਆਂ ਦੇ ਵਾਸਤੇ ਦਰਸ਼ਕ ਵੀਰਾਂ ਦੇ ਵਾਸਤੇ ਕੀਤੇ ਨੇ ਸਿਰਫ ਅਸੀਂ ਤੁਹਾਡੇ ਤੋਂ ਡਿਸਿਪਲਿਨ ਦੀ ਆਸ ਰੱਖਦੇ ਹਾਂ ਤੇ ਸਮੇਂ ਜਿਸ ਟੀਮ ਨੂੰ ਅਸੀਂ ਕਾਲ ਕਰਦੇ ਹਾਂ ਆਪਣੇ ਸਮੇਂ ਅਨੁਸਾਰ ਗਰਾਊਂਡ ਦੇ ਵਿੱਚ ਪ੍ਰਵੇਸ਼ ਕਰਦਿਆ ਕਰੋ ਜੀ ਡੀ ਏ ਵੀ ਜਲੰਧਰ ਵਰਸੀ ਦੇ ਸਵਰਗੀ ਪ੍ਰੇਮ ਪ੍ਰਧਾਨ ਖੁਰਦਾਂ ਦੀ ਟੀਮ ਅਗਲੇ ਮੈਚ ਦੇ ਲਈ ਗਰਾਊਂਡ ਦੇ ਵਿੱਚ ਆ ਜਾਏਗੀ ਇਹਨਾਂ ਟੀਮਾਂ ਨੂੰ ਬੇਨਤੀ ਹੈ ਵੀ ਜਿੱਥੇ ਵੀ ਸਾਡੀ ਆਵਾਜ਼ ਸੁਣ ਰਹੇ ਨੇ ਡੀ ਏ ਵੀ ਕਾਲਜ ਜਲੰਧਰ ਤੇ ਸਵਰਗੀ ਪ੍ਰੇਮ ਪ੍ਰਧਾਨ ਖੁਰਦਾਂ ਪਿੰਡ ਅਗਲੇ ਮੈਚ ਦੇ ਲਈ ਇਸ ਖੇਡ ਮੈਦਾਨ ਦੇ ਨਾਲ ਜਲਦੀ ਨਾਲ ਜੁੜ ਜਾਣ ਦੋਨੋਂ ਟੀਮਾਂ ਨੂੰ ਲਾਸਟ ਕਾਲ ਹੈ ਕਿਉਂਕਿ ਕੁਝ ਸਮਾਂ ਇਸ ਮੈਚ ਦਾ ਬਾਕੀ ਹੈ ਪਹਿਲਾਂ ਕਬੱਡੀ ਆਲ ਓਪਨ ਦਾ ਮੈਚ ਆਪਾਂ ਗਰਾਊਂਡ ਦੇ ਵਿੱਚ ਦੇਖ ਰਹੇਗੇ ਨਾ ਕਬੱਡੀ ਪਾਉਣ ਦੇ ਲਈ ਇਸ ਸਮੇਂ ਖੁਰਦਾਂ ਪਿੰਡ ਦਾ ਇੱਧਰ ਆਪਾਂ ਦੇਖ ਰਹੇ ਬਹੂਏ ਦੀ ਧਰਤੀ ਦਾ ਨੌਜਵਾਨ ਵਧਿਆ ਹੋਇਆ ਉਧਰ ਚਾਰ ਜਾਫੀ ਚਾਰੇ ਕਹਿੰਦੇ ਸੁਪਰ ਸਟਾਰ ਖੇਡ ਕਬੱਡੀ ਦੇ ਵਿੱਚ ਕਹਿੰਦੇ ਵੀ ਕੱਪੜੇ ਉਤਾਰ ਕੇ ਆਉਣਾ ਸਭ ਤੋਂ ਵੱਡੀ ਮਹਾਨਤਾ ਹੁੰਦੀ ਹੈ ਫਿਰ ਕਬੱਡੀ ਦੇ ਕੱਪੜੇ ਉਤਾਰ ਕੇ ਆਉਣਾ ਗਰਾਊਂਡ ਦੇ ਵਿੱਚ ਕੌਡੀ ਪਾਉਣੀ ਜਾਂ ਜਾਫ ਲਾਈਨ ਦੇ ਵਿੱਚ ਖੜਨਾ ਉਸ ਤੋਂ ਵੱਡੀ ਮਹਾਨਤਾ ਫਿਰ ਕਬੱਡੀ ਦਾ ਸਟਾਰ ਬਣਨਾ ਫਿਰ ਸਟਾਰ ਬਣ ਕੇ ਸੁਪਰ ਸਟਾਰ ਬਣਨਾ ਇਹ ਹਰ ਇੱਕ ਮਾਂ ਦੇ ਦਿਲ ਦੀ ਤਮੰਨਾ ਹੁੰਦੀ ਹੈ ਵੀ ਮੇਰਾ ਪੁੱਤ ਕੌਡੀ ਦਾ ਸਟਾਰ ਬਣੇ ਨਾ ਇੱਧਰ ਕੌਡੀ ਦਾ ਸੁਪਰ ਇਸ ਸਮੇਂ ਕੌਡੀ ਪਾਉਣ ਦੇ ਲਈ ਆਪਾਂ ਦੇਖ ਰਹੇ ਮੁੰਡਾ ਵਧਿਆ ਹੋਇਆ ਲਓ ਰਿੰਕੂ ਦੀ ਪੈਂਦੀ ਹੋਈ ਕੌਡੀ ਇਸ ਸਮੇਂ ਅੰਕ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਇੱਕ ਅੰਕ ਦਾ ਵਾਅਦਾ ਯਾਰ ਅਨਮੁੱਲੇ ਸਪੋਰਟਸ ਕਲੱਬ ਫਤਿਹਗੜ੍ਹ ਸਾਹਿਬ ਦੀ ਟੀਮ ਦੇ ਲਈ ਜੁੜਦਾ ਹੋਇਆ ਉਧਰ ਸਾਡੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅੱਜ ਦੇ ਕਬੱਡੀ ਕੱਪ ਦੇ ਕਰਤਾ ਧਰਤਾ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਖੇਡਾਂ ਦੇ ਲਈ ਚੌਧਰੀ ਨੰਦ ਲਾਲ ਜੀ ਉਧਰ ਆਪਣੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਆਨੰਦ ਮਾਣਦੇ ਹੋਏ ਨਾ ਇੱਧਰ ਕਹਿੰਦੇ ਅੰਕ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਇੱਕ ਅੰਕ ਦਾ ਹੋਰ ਵਾਅਦਾ ਹੁੰਦਾ ਹੋਇਆ ਨਾਲ ਸਾਡਾ ਵੀਰ ਜ਼ਿੰਦਗੀ ਦਾ ਪਰਮ ਵੀਰ ਹੈ ਬਾਈ ਹਨੀ ਟਾਂਸਾ ਪ੍ਰਧਾਨ ਸਾਹਿਬ ਮੁਬਾਰਕਬਾਦ ਹੈ ਨਾਲ ਬਾਈ ਮਨੀ ਟਾਂਸੇ ਹੋਣੀ ਤੇ ਨਾਲ ਬਾਈ ਅਮਨ ਹੋਣੀ ਸਾਰੇ ਵੀਰਾਂ ਦਾ ਉੱਚੇ ਉੱਚੇ ਤੌਰ ਤੇ ਵੱਡਾ ਧੰਨਵਾਦ ਹੈ ਮਾਸਟਰ ਬਲਦੇਵ ਸਿੰਘ ਜੀ ਨਾਲ ਕ੍ਰਿਸ਼ਨ ਕੁਮਾਰ ਜੀ ਸਰਪੰਚ ਸਾਹਿਬ ਇੱਧਰ ਆਨੰਦ ਮਾਣੋ ਖੇਡ ਕਬੱਡੀ ਦਾ ਵੀ ਗਰਾਊਂਡ ਦੇ ਵਿੱਚ ਮੁੰਡੇ ਦੀ ਸੋਹਣੀ ਜੀ ਖੇਡ ਹੈ ਇਸ ਸਮੇਂ ਕੌਡੀ ਪਾਉਂਦਾ ਹੋਇਆ ਨਾ ਬਦਨ ਗੁੰਨੂਏ ਵਾਲਾ ਉੱਧਰ ਕਹਿੰਦੇ ਮੁੰਡਾ ਮੋਟੇ ਪੱਟਾਂ ਨੂੰ ਖਿੱਚ ਮਾਰ ਕੇ ਅੰਦਰ ਨੂੰ ਜਾ ਵੜਿਆ ਨਾ ਧੰਨ ਧੰਨ ਕਰਵਾਰੇ ਇੱਕ ਵਾਰੀ ਤਾੜੀ ਮਾਰੋ ਕਰਾਂ ਮੁੰਡੇ ਜਾਫੀ ਦੇ ਨਾਤੇ ਇਹ ਹੈ ਮੁੰਡਾ ਇਸ ਸਮੇਂ ਅੰਕ ਜਿਹੜਾ ਬਹੂਏ ਦੀ ਟੀਮ ਦੇ ਹਿੱਸੇ ਜੁੜਦਾ ਹੈ ਇੱਕ ਅੰਕ ਦਾ ਵਾਅਦਾ ਹੁੰਦਾ ਹੋਇਆ ਅਗਲਾ ਮੈਚ ਸਵਰਗੀ ਪ੍ਰੇਮ ਪ੍ਰਧਾਨ ਖੁਰਦਾਂ ਵਰਸੀ ਜੋ ਡੀ ਏ ਵੀ ਜਲੰਧਰ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਇਸ ਤੋਂ ਬਾਅਦ ਜਿਹੜਾ ਮੈਚ ਹੋਣਾ ਹੈ ਡੀ ਏ ਵੀ ਕਾਲਜ ਜਲੰਧਰ ਵਰਸੀ
मैच जरा खेडा जाना स्वर्गीय प्रेम प्रधान खुरदा पिंड का। इस तो बाद खेड कबड्डी का जरा आनंद माणांगे, पर ग्राउंड के अगली कबड्डी इस समय नौजवान भी पैंदी हुई उधर कहने मुंडा पूरी कोशिश कर रहा है। अंक जरा रेडर के हिस्से है, अंक कुलवीर सिंह खुरदा पिंड का अपनी टीम के लिए जोड़ता हुआ ग्राउंड के बहुए की टीम के लिए एक अंक का वादा कर गया। बस सोना जहा मैच दोनों टीमों के दरम्यान आल ओपन का पहला मैच है खेड कबड्डी का। आजाद स्पोर्ट्स एंड वेलफेयर क्लब टौसिया की धरती साडे वीर गोविंदर सरपंच मेलकोटला उन्होंने बहुत बड़े योगदान अज की खेड क्लब के लिए दिते जा रहे हैं। टीम सदन के प्रबंधक संभालन गोविंदर सिंह जी सरपंच साहब साड़ी जिंदगी की बड़ी सत्कारयोग शख्सियत ने मेलकोटले वाले उन्होंने बहुत बड़े योगदान ने क्योंकि मालवे दियां टीमां जिन्हें भी अज कबड्डी कप से खेलन गोविंदर साडा वीर सरपंच मेलकोटले वाला टीम लैके पुजरेगा अज के कबड्डी कप से ना पैंदी हुई कबड्डी उधर मोटे पट्टा खिच मारन की कोशिश है कि मैं राह ते नहीं तुरदा मैं तुरदा तो राह बन दे जोगों तो काफिले चले आते इस गल के लोगों गवाह बन दे मथे जो लोह होंगी है असली ताज होंगी है कि तत्ती तभी ते बैठे ही सच्चे पातशाह बन दे मैं राह ते नहीं तुरदा। एक बार ने जाफी ने जफा ला के अंक अपनी टीम के हिस्से वादा करता हुआ धन धन करवाता हुआ मुंडा अपनी टीम के लिए अगलिया दोनों टीम बेनती स्वर्गीय प्रेम प्रधान खुरदा ते डीएवी कॉलेज जलंधर दी टीम इस बाद ग्राउंड से जुड़न गियां। दोनों टीमों नूं बेनती है स्वर्गीय प्रेम प्रधान खुरदा ते डीएवी जलंधर दी टीमों के दरम्यान इस बाद खेड कबड्डी का जिहड़ा मैच खेडा जाना कबड्डी आल ओपन का। पर खुशदीप सिंह नूं इस समय बहुत तकड़ा जफा लगता हुआ खेड के मैदान के विच अंक जिहड़ा जाफी के लिए जुड़ता है एक अंक का वाधा जिहड़ा बहुए की टीम के हिस्से इस समय ग्राउंड के विच होंदा हुआ इधर कबड्डी पाने के लिए बहुए की धरती का नौजवान वाधा होया। इस समय पेंदी हुई कबड्डी ग्राउंड के चार जाफी सुरताल एन चैन घुमाते लो खेड के मैदान के मुंडा मूहरे हो घेरदा करखा का मेहनत की वो तो हथ बाबे नानक की मेहर का करखा का मेहनत की वो तो हथ बाबे नानक की मेहर का। दोनों टीमों के प्लेयर बेनती है अगले मैच दीम ने स्वर्गीय प्रेम प्रधान खुरदा से डीएवी कॉलेज जलंधर दोनों टीमों मेरी बेनती भी जल्दी आप इस खेड मैदान के जुड़िए। दोनों टीम के प्लेयर अजे तक कोई भी प्लेयर किसी टीम का नहीं पुजिया बेनती भी जल्दी दोनों टीम डीएवी कॉलेज जलंधर से स्वर्गीय प्रेम प्रधान खुरदा पिंड उस तो बाद कबड्डी आल ओपन का जोड़ा मैच होना दोनों टीम ग्राउंड के जुड़न की खेचल कर कबड्डी खेड मैदान बहुए की धरती का फिर मुंडा पाँगा हुआ उधर चार जाफी सुरताल यार अनमोले स्पोर्ट्स क्लब फतेहगढ़ साहब फतेहगढ़ साहब की पावन पवित्र धरती दे हुण केड़ा जाफी धन धन करवावे मुंडे की पैंदी हुई कबड्डी ग्राउंड इधर अंक जड़े समय जाफी के लिए जुड़ता हुआ। हाँ जी अगलिया टीम डीएवी कॉलेज जलंधर से स्वर्गीय प्रेम प्रधान क्लब खुरदा दोनों टीमों असी बेनती करते हैं जल्दी के नाल तैयार होकर खेड मैदान के प्रवेश कर दो जी। समय की पहले ही साडे कोल बड़ी घाट है बार बार असी बेनती करी जाने पांच मिनट का कहिंदे समा दिंदे जी साडे खजानची साहब का हुक्म है कि पांच मिनट तो बाद असी फिर कठिन फैसले ना ले लिए किसी के विरुद्ध। सो बेनती दोनों टीमों जिहड़ा समा पांच मिनट का क्लब वालों दिता गया उसके बाद दोनों टीम जड़िया आउट हो गया दोनों टीम स्क्रैच की जाएगी क्लब वालों बेनती है दोनों टीम के जेडे कैप्टन सुभान ने नोट कर लैन डीएवी कॉलेज जलंधर बनाम स्वर्गीय प्रेम प्रधान खुरदा पिंड जल्दी ग्राउंड के आ जाएगियां दोनों मिनट का जो समा टाइम बाद उत्ते ला लेता गया उस बाद टीम स्क्रैच हो गया स्वर्गीय प्रेम प्रधान खुरदा से डीएवी कॉलेज जलंधर दी टीमों के दरम्यान इस तो बाद कबड्डी आल ओपन का जरा मैच खेडा जाना इन्होंने टीमों को बेनती है वह ग्राउंड के पैंती हुई कबड्डी इस समय नौजवान आप दिख रहे कि पाँगा हुआ कबड्डी है चार जाफी सुरताल इस समय मुकाबला करने के लिए बिल्कुल तैयार बर तैयार वह बद के कोशिश करता है नौजवान। सब तो पहला रंगले पंजाब दियां सरदारियां दे विचों वाहिगुरु जी का खालसा श्री वाहिगुरु जी की फतेह।